ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੀਰਥ ਸਿੰਘ ਢੇਸੀ ਆਪਣੇ ਵੱਲੋਂ ਅਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਸਭ ਸੰਗਤਾਂ ਨੂੰ, ਦੇਸ਼ ਵਿਦੇਸ਼ ਦੀਆਂ ਨੂੰ ਦੀਵਾਲੀ ਦੀ, ਵਿਸ਼ਵਕਰਮਾ ਡੇ ਦੀ, ਬੰਦੀ ਛੋੜ ਦਿਵਸ ਦੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਦੀਆਂ ਆਪ ਸਮੁੱਚੀ ਸੰਗਤ ਦੇਸ਼ ਵਿਦੇਸ਼ ਦੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਇਹ ਤਿਉਹਾਰ ਆ ਬਿਲਕੁਲ ਨਸ਼ਾ ਰਹਿਤ ਔਰ ਜੋ ਪਟਾਕੇ ਆ ਉਹਨਾਂ ਤੋਂ ਵੀ ਰਹਿਤ ਹੀ ਮਨਾਉਣੇ ਚਾਹੀਦੇ ਹਨ, ਕਿਉਂਕਿ ਮਹਾਰਾਜ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜਿੱਥੇ ਆਪਾਂ ਇਹਨਾਂ ਤਿਉਹਾਰਾਂ ਦੀ ਮਹੱਤਤਾ ਨੂੰ ਸਮਝਣਾ, ਉੱਥੇ ਆਪਾਂ ਦਿੱਤੇ ਹੋਏ ਵਿਦੇਸ਼ ਮਹਾਰਾਜ ਦੇ ਕਿ ਜਿਹੜੀ ਇਹ ਪ੍ਰਦੂਸ਼ਣ ਆ ਇਹਨੂੰ ਘਟਾਇਆ ਜਾਵੇ। ਤਦੇ ਘਟਾਇਆ ਜਾਊਗਾ ਜਦੋਂ ਆਪਾਂ ਇਹ ਜਿਹੜੇ ਤਿਉਹਾਰ ਆ ਪਟਾਕਾ ਰਹਿਤ ਪ੍ਰਦੂਸ਼ਣ ਰਹਿਤ ਮਨਾਵਾਂਗੇ ਔਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਉਪਦੇਸ਼ ਹਨ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਆਪਸੀ ਭਾਈਚਾਰੇ ਨੂੰ, ਸਾਂਝ ਨੂੰ ਕਾਇਮ ਰੱਖੋ। ਇਹੋ ਜਿਹੇ ਤਿਉਹਾਰ ਜਿਹੜੇ ਆ ਤਦੇ ਖੁਸ਼ੀਆਂ ਦੇ ਅੱਗੇ ਖੁਸ਼ੀਆਂ ਵੱਧਦੀਆਂ ਹਨ ਜਦੋਂ ਆਪਾਂ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਾਂਗੇ ਔਰ ਦੂਜਿਆਂ ਨੂੰ ਵੀ ਇਹੀ ਸੰਦੇਸ਼ ਦੇਵਾਂਗੇ ਕਿ ਜਿਹੜਾ ਵੀ ਕੋਈ ਵੀ ਕੰਮ ਆ ਆਪਣੇ ਭਾਈਚਾਰੇ ਸਾਂਝ ਦੇ ਨਾਲ ਕੀਤਾ ਜਾਵੇ, ਹਰੇਕ ਤਿਉਹਾਰ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਮਨਾਏ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।